कैप्टन अमरिंदर सिंह नाल नेड़ता इक्कोदम वध गई जां इह नेड़ता पहलां सी दिखाई होण जा रही है। ਜਿਹੜਾ ਉਹਨਾਂ ਦਾ ਆਲਾ ਦੁਆਲਾ ਸੀਗਾ, ਜਿਹੜੀ ਮਾਝਾ ਐਕਸਪ੍ਰੈਸ ਜਿਹਨੂੰ ਕਿਹਾ ਜਾਂਦਾ ਹੈ, ਉਹਨਾਂ ਨੇ ਇਨਸ਼ੋਰ ਇਹ ਕੀਤਾ ਵੀ ਕੋਈ ਵੀ ਬੰਦਾ, ਖਾਸ ਕਰਕੇ ਸਾਡਾ ਪਰਿਵਾਰ ਜਿਹੜਾ ਹੈ, ਉਹ ਕੈਪਟਨ ਸਾਹਿਬ ਦੇ ਨੇੜੇ ਨਾ ਲੱਗ ਸਕੇ। ਨਹੀਂ, ਤੁਸੀਂ ਇਸ਼ਾਰਾ ਤ੍ਰਿਪਤ ਰਜਿੰਦਰ ਬਾਜਵਾ ਨਾਲ ਕਰਦੇ ਹੋ। ਬਿਲਕੁਲ, ਤ੍ਰਿਪਤ ਸੁੱਖੀ ਹੋਰੀ ਸਾਰੇ ਜਿਹੜੇ ਨੇ ਇਹਨਾਂ ਦੀ ਮੈਂ ਗੱਲ ਕਰਦਾ। ਕੈਪਟਨ ਅਮਰਿੰਦਰ ਸਿੰਘ ਨੇ ਇੱਕ ਚਿੱਠੀ ਲਿਖੀ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਕਿਸਾਨ ਸੰਘਰਸ਼ ਨੂੰ ਲੈ ਕੇ, ਨਾਲ ਉਹ ਇੱਕ ਹਵਾਲਾ ਦੇ ਰਹੇ ਹੈ ਸਿਕਿਉਰਿਟੀ ਵਾਲਾ। ਇਹ ਦੋ ਚੀਜ਼ਾਂ ਇਕੱਠੀਆਂ ਕਿਉਂ ਤੋਰਦੀਆਂ ਜਦੋਂ ਕੈਪਟਨ ਸਾਹਿਬ ਚਿੱਠੀ ਲਿਖਦੇ? ਇਕੱਠਾ ਇਸ ਕਰਕੇ ਕਰ ਰਹੇ ਨੇ ਵੀ ਉਹਨਾਂ ਕੋਲ ਹੋ ਸਕਦਾ ਇੰਟੈਲੀਜੈਂਸ ਦੀਆਂ ਕੋਈ ਰਿਪੋਰਟਸ ਹੋਣ। ਨਵਜੋਤ ਸਿੰਘ ਸਿੱਧੂ, ਪ੍ਰਤਾਪ ਸਿੰਘ ਬਾਜਵਾ, ਕੈਪਟਨ ਅਮਰਿੰਦਰ ਸਿੰਘ, ਕੌਣ ਜ਼ਿਆਦਾ ਬਿਹਤਰ ਲੱਗਦਾ? ਮੈਂ ਅੱਗੇ ਵੀ ਕਈ ਵਾਰ ਕਿਹਾ ਵੀ ਮੇਰਾ ਲੀਡਰ ਕੈਪਟਨ ਅਮਰਿੰਦਰ ਸਿੰਘ ਹੈ, ਮੈਂ ਵਫ਼ਾਦਾਰ ਬੰਦਾ ਹਾਂ, ਮੇਰੇ ਖੂਨ 'ਚ ਵਫ਼ਾਦਾਰੀ ਹੈ। ਤੁਸੀਂ ਡਿਨਰ 'ਚ ਕੈਪਟਨ ਅਮਰਿੰਦਰ ਸਿੰਘ ਦੇ ਬੜੇ ਨੇੜੇ ਬੈਠਦੇ ਹੋ, ਅਤੇ ਉਦੋਂ ਕੀ ਗੱਲਬਾਤ ਹੁੰਦੀ? ਦਿਲ ਦੀਆਂ ਗੱਲਾਂ ਹੁੰਦੀਆਂ। ਜਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ KP ਸਿੰਘ, ਵਿਊ ਪੁਆਇੰਟ 'ਤੇ ਤੁਹਾਡਾ ਸਭ ਦਾ ਸਵਾਗਤ ਕਰਦਾ। ਕਾਂਗਰਸ ਦਾ ਕੀ ਹੋਵੇਗਾ, ਇਹ ਸਵਾਲ ਲਗਾਤਾਰ ਪੁੱਛਿਆ ਜਾ ਰਿਹਾ ਹੈ, ਪਰ ਇਹ ਸਵਾਲ ਕਿਉਂ ਨਹੀਂ ਪੁੱਛਿਆ ਜਾ ਰਿਹਾ ਕਿ ਪੰਜਾਬ ਦਾ ਕੀ ਬਣੇਗਾ? ਪੰਜਾਬ ਨਾਲ ਜਿਹੜੇ ਵਾਅਦੇ ਕੀਤੇ ਸੀਗੇ ਕਾਂਗਰਸ ਪਾਰਟੀ ਨੇ ਸਰਕਾਰ ਬਣਾਉਣ ਤੋਂ ਪਹਿਲਾਂ, ਉਹਨਾਂ ਵਾਅਦਿਆਂ ਦਾ ਕੀ ਬਣਿਆ? ਉਹ ਮੁੱਦੇ ਕਿਉਂ ਗਾਇਬ ਕੀਤੇ ਜਾ ਰਹੇ ਆ? ਸਾਰੇ ਸਵਾਲ ਹੁਣ ਲਾਜ਼ਮੀ ਹੈ। ਸਾਡਾ ਬਹੁਤ ਹੀ ਖਾਸ ਮਹਿਮਾਨ ਇਸ ਵਕਤ ਮੌਜੂਦ ਹੈਗੇ ਆ, ਕਾਂਗਰਸ ਦੇ ਵਿਧਾਇਕ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਹੀ ਨੇੜੇ, ਅਤੇ ਪ੍ਰਤਾਪ ਸਿੰਘ ਬਾਜਵਾ ਹਰਾਂ ਦੇ ਭਰਾ ਫਤਿਹਜੰਗ ਸਿੰਘ ਬਾਜਵਾ। ਬਾਜਵਾ ਜੀ, ਬਹੁਤ ਸਵਾਗਤ ਹੈ ਸਰ ਤੁਹਾਡਾ। ਥੈਂਕ ਯੂ KP ਜੀ। ਸਭ ਤੋਂ ਪਹਿਲੇ ਜਸ TV ਵਾਲਿਆਂ ਦਾ, ਦੁਨੀਆ ਭਰ 'ਚ ਬੈਠੇ ਸਾਰੇ ਮੇਰੇ ਵੀਰਾਂ ਦਾ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਔਰ ਜਿਹੜੇ ਇਸ਼ੂਜ਼ 'ਤੇ ਅੱਜ KP ਜੀ ਬੋਲਣਗੇ, ਮੈਂ ਬਿਲਕੁਲ ਸਾਫ਼ ਸਾਫ਼ ਉਹਦਾ ਜਵਾਬ ਦੇਵਾਂਗਾ। ਚਲੋ, ਮੈਂ ਉਮੀਦ ਕਰਦਾ ਕਿ ਸਾਫ਼ ਸਾਫ਼ ਹੀ ਜਵਾਬ ਆਵੇ। ਬਾਜਵਾ ਸਾਹਿਬ, ਮੈਂ ਇਸ਼ੂਜ਼ 'ਤੇ ਬਾਅਦ ਵਿੱਚ ਆਊਂਗਾ, ਕਿਉਂਕਿ ਇਸ਼ੂਜ਼ ਦੀ ਗੱਲ ਹੁਣ ਘੱਟ ਹੋ ਰਹੀ ਹੈ, ਹੁਣ ਕਾਂਗਰਸ ਪਾਰਟੀ ਦੀ ਗੱਲ ਹੋ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨਾਲ ਨੇੜਤਾ ਇੱਕੋਦਮ ਵੱਧ ਗਈ ਜਾਂ ਇਹ ਨੇੜਤਾ ਪਹਿਲਾਂ ਸੀ ਦਿਖਾਈ ਹੋਣ ਜਾ ਰਹੀ ਹੈ? ਦੇਖੋ, ਕੈਪਟਨ ਅਮਰਿੰਦਰ ਸਿੰਘ ਨਾਲ ਮੈਂ ਤੁਹਾਨੂੰ ਦੱਸਦਾ ਵੀ 2007 ਤੋਂ ਸੰਨ 2000 ਦੇ ਵਿੱਚ ਮੈਨੂੰ ਉਹਨਾਂ ਨੇ ਸ੍ਰੀ ਹਰਗੋਬਿੰਦਪੁਰ ਹਲਕੇ ਦੀ ਵਾਗਡੋਰ ਸੰਭਾਲੀ ਸੀ। ਉਦੋਂ ਮੈਂ ਇੰਡੀਪੈਂਡੈਂਟ ਉੱਥੇ ਇਲੈਕਸ਼ਨ ਲੜੀ, ਉਦੋਂ ਟਿਕਟ ਜਿਹੜੀ CPM ਨੂੰ ਦਿੱਤੀ ਗਈ ਸੀ, ਕਾਂਗਰਸ ਦੇ ਨਾਲ ਅਲਾਇੰਸ ਸੀ ਉਹਨਾਂ ਦਾ, ਔਰ ਮੈਂ 1100-1200 ਵੋਟ 'ਤੇ ਰਹਿ ਗਿਆ ਸੀ ਪਿੱਛੇ ਫਰੋਮ ਕੈਪਟਨ ਬਲਬੀਰ ਸਿੰਘ ਬਾਠ, ਅਕਾਲੀ ਦਲ ਦੇ ਉਹ ਵਿਧਾਇਕ ਬਣੇ। 2007 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਮੈਨੂੰ ਟਿਕਟ ਸ੍ਰੀ ਹਰਗੋਬਿੰਦਪੁਰ ਦੀ ਲੈ ਕੇ ਦਿੱਤੀ। ਮੈਂ ਕਦੀ ਵੀ ਨਹੀਂ ਭੁੱਲਦਾ ਜਿਹੜਾ ਬੰਦਾ ਕਿਸੇ ਦੇ ਨਾਲ, ਔਰ ਕੈਪਟਨ ਅਮਰਿੰਦਰ ਸਿੰਘ ਦੀ ਸਾਰਿਆਂ ਨਾਲੋਂ ਵੱਡੀ ਇੱਕ ਖਾਸੀਅਤ ਹੈ ਵੀ ਉਹ ਜਿਹਦੇ ਨਾਲ ਖੜ੍ਹੇ ਹੁੰਦੇ ਨੇ ਉਹਦੇ ਵਕੀਲ ਬਣ ਕੇ ਖੜ੍ਹੇ ਹੁੰਦੇ। ਇਹ ਨਹੀਂ ਹੈ ਵੀ ਤੁਹਾਨੂੰ ਕਹਿ ਦਿੱਤਾ ਪੋਲੀਟੀਕਲ ਲੋਕਾਂ ਦੀ ਹੁੰਦੀ, ਕਹਿਣਾ ਕੁਝ ਤਾਂ ਕਰਨਾ ਹੋਰ। ਉਹਨਾਂ ਦਾ ਹਮੇਸ਼ਾ 2007 'ਚ ਵੀ ਟਿਕਟ ਦੀ ਗੱਲ ਕੀਤੀ, 2012 ਦੇ ਵਿੱਚ ਟਿਕਟ ਜਿਹੜੀ ਹੈ ਉਹ ਪ੍ਰਤਾਪ ਹੋਰਾਂ ਨੇ ਭਾਬੀ ਜੀ ਨੂੰ, ਮੇਰੇ ਭਾਬੀ ਜੀ ਨੂੰ ਦਵਾਈ, ਅਤੇ ਫਿਰ 2017 ਦੀ ਜਦੋਂ ਇਹ ਗੱਲ ਹੋਈ ਹੈ ਫਿਰ ਕੈਪਟਨ ਸਾਹਿਬ ਨੇ ਮੇਰਾ ਨਾਂ ਅੱਗੇ ਰੱਖਿਆ ਔਰ ਮੈਨੂੰ ਟਿਕਟ ਮਿਲੀ। ਆਈ ਹੈਵ ਬੀਨ ਵੈਰੀ ਵੈਰੀ ਕਲੋਜ਼ ਟੂ ਹਿਮ, ਵੈਰੀ ਕਲੋਜ਼ ਟੂ ਹਿਮ। ਉਹ ਠੀਕ ਹੈ ਵੀ 2017 ਵਿੱਚ ਜਿਹੜਾ ਉਹਨਾਂ ਦਾ ਆਲਾ ਦੁਆਲਾ ਸੀਗਾ, ਜਿਹੜੀ ਮਾਝਾ ਐਕਸਪ੍ਰੈਸ ਜਿਹਨੂੰ ਕਿਹਾ ਜਾਂਦਾ ਹੈ, ਉਹਨਾਂ ਨੇ ਇਨਸ਼ੋਰ ਇਹ ਕੀਤਾ ਵੀ ਕੋਈ ਵੀ ਬੰਦਾ, ਖਾਸ ਕਰਕੇ ਸਾਡਾ ਪਰਿਵਾਰ ਜਿਹੜਾ ਹੈ, ਉਹ ਕੈਪਟਨ ਸਾਹਿਬ ਦੇ ਨੇੜੇ ਨਾ ਲੱਗ ਸਕੇ। ਨਹੀਂ, ਤੁਸੀਂ ਇਸ਼ਾਰਾ ਤ੍ਰਿਪਤ ਰਜਿੰਦਰ ਬਾਜਵਾ? ਬਿਲਕੁਲ ਬਿਲਕੁਲ, ਤ੍ਰਿਪਤ ਸੁੱਖੀ ਹੋਰੀ ਸਾਰੇ ਜਿਹੜੇ ਨੇ ਇਹਨਾਂ ਦੀ ਮੈਂ ਗੱਲ ਕਰਦਾ। ਇੱਕ ਲੋਕ ਹੁੰਦੇ ਨੇ ਜਿਹੜੇ ਲੀਡਰ ਹੁੰਦੇ ਨੇ, ਜਿਹੜੇ ਲੋਕਾਂ ਨਾਲ ਜੋੜਦੇ ਆ, ਇੱਕ ਹੁੰਦੇ ਜਿਹੜੀ ਨੈਗੇਟਿਵ ਪੋਲੀਟਿਕਸ ਕਰਦੇ ਆ। ਮੈਂ ਇਸ ਗੱਲ ਦੇ ਵਿੱਚ ਹਮੇਸ਼ਾ, ਮੈਨੂੰ ਕਹਿਣ 'ਚ ਕੋਈ ਗੁਰੇਜ਼ ਨਹੀਂ ਵੀ ਅਸੀਂ ਤਾਂ ਲੋਕਾਂ ਨੂੰ ਨਾਲ ਜੋੜਨ ਵਾਲੀ ਰਾਜਨੀਤੀ ਹਮੇਸ਼ਾ ਕਰਦੇ ਹਾਂ, ਅਤੇ ਇਹ ਲੋਕਾਂ ਨੇ ਇਹ ਇਨਸ਼ੋਰ ਕੀਤਾ ਵੀ ਇਹ ਬਾਜਵਾ ਪਰਿਵਾਰ ਜਿਹੜਾ ਹੈ ਇਹ ਕਿਤੇ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਲੱਗ ਨਾ ਜਾਏ, ਔਰ ਤੁਹਾਡੇ ਸਾਹਮਣੇ ਰਿਜ਼ਲਟ ਹੈ। ਨਹੀਂ, ਤੁਸੀਂ ਕਹਿ ਰਹੇ ਹੋ ਕਿ 2007 ਤੋਂ ਇਹ ਸਾਰਾ ਪ੍ਰੋਸੈਸ ਚੱਲਦਾ ਪਿਆ, ਤੁਸੀਂ ਉਹਨਾਂ ਦੇ ਨੇੜੇ ਹੋ, ਪਰ ਤ੍ਰਿਪਤ ਰਜਿੰਦਰ ਬਾਜਵਾ ਹਰੀ ਇਹ ਕਲੇਮ ਕਰਦੇ ਨੇ ਕਿ ਮੈਂ ਬਹੁਤ ਨੇੜੇ ਹਾਂ, ਹੁਣ ਤ੍ਰਿਪਤ ਰਜਿੰਦਰ ਬਾਜਵਾ ਨੂੰ ਰਿਪਲੇਸ ਕਰਕੇ ਫਤਿਹਜੰਗ ਬਾਜਵਾ ਨੂੰ ਅੱਗੇ ਕੀਤਾ ਜਾ ਰਿਹਾ? ਨਹੀਂ, ਰਿਪਲੇਸ ਕਰਨ ਦੀ ਲੋੜ ਹੀ ਨਹੀਂ। ਰਿਪਲੇਸ ਤਾਂ ਕਰਨ ਦੀ ਲੋੜ ਹੈ ਕਿ ਵੀ ਕੋਈ ਨਵਾਂ ਚੈਸ ਦਾ ਕੋਈ ਖਿਡਾਰੀ ਉਹਦੇ ਵਿੱਚ ਬਣਨਾ, ਇੱਥੇ ਪੁਰਾਣੇ ਉਹਨਾਂ ਨੂੰ ਜਾਣਦੇ ਆ। ਮੈਂ ਤਾਂ ਪਹਿਲੇ ਕਹਿੰਦਾ ਰਿਹਾ ਵੀ ਕੈਪਟਨ ਸਾਹਿਬ, ਇਹਨਾਂ ਜਿਹਨਾਂ ਨੂੰ ਤੁਸੀਂ ਨਾਲ ਲਾਇਆ ਇਹਨਾਂ ਦਾ ਜ਼ਰਾ ਚੰਗੀ ਤਰ੍ਹਾਂ, ਕਿਉਂਕਿ ਪੋਲੀਟੀਕਲੀ ਦੇ ਹੈਵ ਨੈਵਰ ਸਟੂਡ ਵਿਦ ਐਨੀਵਨ। ਜੇ ਪਹਿਲੇ ਕੈਪਟਨ ਸਾਹਿਬ ਨਾਲ ਰਹੇ, ਫਿਰ ਭੱਟਲ ਸਾਹਿਬ ਨਾਲ ਗਏ, ਭੱਟਲ ਸਾਹਿਬ ਨਾਲ ਗਏ, ਫਿਰ ਕੈਪਟਨ ਸਾਹਿਬ ਨਾਲ ਆਏ। ਸੋ ਇਹਨਾਂ ਦੀ ਆਉਣ ਜਾਣ ਦੀ ਜਿਹੜੀ ਰਾਜਨੀਤੀ ਹਮੇਸ਼ਾ ਦਿਖਦੀ, ਔਰ ਬੰਦੇ ਦੀ ਲੌਂਗ ਟਰਮ ਦੇ ਵਿੱਚ ਕ੍ਰੈਡੀਬਿਲਿਟੀ ਉਦੋਂ ਹੀ ਬਣਦੀ ਹੈ ਜਦੋਂ ਬੰਦਾ ਕਿਸੇ ਨਾਲ ਖੜ੍ਹਾ ਰਹਿੰਦਾ। ਇਹ ਵੀ ਚਰਚਾ ਹੈ ਕਿ ਇੱਕ ਧੀ ਨਾਲ ਦੋ ਸ਼ਿਕਾਰ ਕਰ ਰਿਹਾ ਕੈਪਟਨ ਅਮਰਿੰਦਰ ਸਿੰਘ,
ਫਤਿਹ ਜੰਗ ਬਾਜਵਾ ਨੂੰ ਨਾਲ ਲੈ ਕੇ ਪ੍ਰਤਾਪ ਬਾਜਵਾ ਨੂੰ ਵੀ ਦੱਸਿਆ ਜਾ ਰਿਹਾ ਅਤੇ ਤ੍ਰਿਪਤ ਰਜਿੰਦਰ ਬਾਜਵਾ ਨੂੰ ਦੱਸਿਆ ਜਾ ਰਿਹਾ? ਨਹੀਂ, ਮੇਰੇ ਖਿਆਲ ਇਹੋ ਜਿਹੀ ਕੋਈ ਰਾਜਨੀਤੀ ਵਾਲੀ ਗੱਲ ਨਹੀਂ। ਮੇਰੇ ਨਾਲ ਤਾਂ ਸ਼ੁਰੂ ਤੋਂ ਹੀ ਉਹਨਾਂ ਦਾ ਨੇੜ ਰਿਹਾ ਅਤੇ ਜੇ ਇਹੋ ਜਿਹਾ ਕੋਈ ਵਕਤ ਨਹੀਂ ਸੀ ਵੀ ਜਦੋਂ ਮੈਂ ਕਦੀ ਵੀ ਉਹਨਾਂ ਦੇ ਘਰ ਜਾਣ ਦੀ ਕੋਈ ਟਾਈਮ ਮੰਗਿਆ ਅਤੇ ਮੈਨੂੰ ਕੋਈ ਨਾ ਹੋਈ ਹੋਏ, ਮੇਰੇ ਕੰਮ 'ਚ ਕਿਸੇ ਦੀ ਨਾ ਹੋਈ ਹੋਏ। ਇਹ ਸਾਰੇ ਲੋਕ ਨੇੜੇ ਹੋਣ ਦੇ ਬਾਵਜੂਦ ਫਤਿਹ ਜੰਗ ਸਿੰਘ ਬਾਜਵਾ ਦਾ, ਮੇਰੇ ਹਲਕੇ ਦਾ ਕੰਮ ਕਦੀ ਵੀ ਕੈਪਟਨ ਸਾਹਿਬ ਨੇ ਨਾ ਨਹੀਂ ਕੀਤੀ। ਪ੍ਰਤਾਪ ਸਿੰਘ ਬਾਜਵਾ ਨੂੰ ਤੁਸੀਂ ਪੰਜਾਬ ਦਾ ਮੁੱਖ ਮੰਤਰੀ ਬਣਦਾ ਦੇਖਣਾ ਚਾਹੁੰਦੇ ਹੋ ਜਾਂ ਨਹੀਂ? ਦੇਖੋ, ਕਿਉਂ ਨਹੀਂ ਬਈ, ਵੀ ਜੇ ਕਿਸੇ ਦੇ ਕਿਹੜੇ, ਅੱਜ ਨਵਜੋਤ ਸਿੰਘ ਸਿੱਧੂ, ਅੱਜ ਸੁਖੀ ਰੰਧਾਵਾ, ਅੱਜ ਦੇ ਪ੍ਰਤਾਪ ਹੋਰੀ, ਜਿਹੜੇ ਬੰਦੇ ਆਪਣੇ ਆਪ ਨੂੰ ਜਿਹੜੇ ਲੋਕਾਂ 'ਚ ਰਹਿੰਦੇ ਨੇ, ਉਹਨਾਂ ਦਾ ਹਰ ਇੱਕ ਦਾ ਰਾਈਟ ਹੈ, ਪਰ ਟਾਈਮ ਸਿਰ ਸ਼ੋਰਟਕੱਟਸ ਨਹੀਂ ਹੋਣੇ ਚਾਹੀਦੇ ਲਾਈਫ ਦੇ ਵਿੱਚ। ਹਮੇਸ਼ਾ ਜਿਹੜੇ ਹੈਗੇ ਨੇ, ਵਫਾਦਾਰੀ ਪਾਰਟੀ ਪ੍ਰਤੀ ਪੱਕੀ ਰਹਿਣੀ ਚਾਹੀਦੀ ਹੈ। ਪ੍ਰਤਾਪ ਸਿੰਘ ਬਾਜਵਾ ਟਾਈਮ ਹਜੇ ਨਹੀਂ ਆਇਆ? ਕਿਉਂ ਨਹੀਂ, ਇਹ ਤਾਂ ਤਕਦੀਰ ਦੀਆਂ ਗੱਲਾਂ ਨੇ। ਗੁਰੂ ਮਹਾਰਾਜ ਦੇ ਘਰ 'ਚ ਕੋਈ ਦੇਰੀ ਨਹੀਂ ਕਿਸੇ ਗੱਲ ਦੀ, ਜਿੱਦਣ ਉਹ ਦਰਵਾਜ਼ਾ ਖੁੱਲ੍ਹੇਗਾ ਵੱਜ ਜਾਣਗੇ। ਨਹੀਂ, ਫਤਿਹ ਜੰਗ ਹਰੀ ਕਹਿੰਦੇ ਨਾਲ ਖੜਨਗੇ, ਕੈਪਟਨ ਅਮਰਿੰਦਰ ਸਿੰਘ ਨਾਲ ਜਾਂ ਪ੍ਰਤਾਪ ਸਿੰਘ ਬਾਜਵਾ ਨਾਲ? ਅੱਜ ਕੌਣ ਮੁੱਖ ਮੰਤਰੀ ਹੈ? ਕੈਪਟਨ ਅਮਰਿੰਦਰ ਸਿੰਘ ਮੇਰਾ ਲੀਡਰ ਹੈ। ਮੈਂ 2022 ਦੇ ਵਿੱਚ ਕੈਪਟਨ ਹੀ ਫੇਸ ਆਉਣਾ ਹੈ, ਤੁਸੀਂ ਮੇਰੀ ਇੱਕ ਗੱਲ ਨੂੰ ਸਮਝ ਲਓ। ਕੈਪਟਨ ਅਮਰਿੰਦਰ ਸਿੰਘ ਹੀ ਫੇਸ ਆਉਣਾ ਪੰਜਾਬ ਦਾ। ਔਰ ਪ੍ਰਤਾਪ ਸਿੰਘ ਬਾਜਵਾ ਰੇਸ ਵਿੱਚ ਨਹੀਂ ਹੈ? ਮੈਂ ਦੇਖੋ, ਰੇਸ 'ਚ ਹੋਣਾ ਨਹੀਂ ਹੋਣਾ, ਉਹਨਾਂ ਦੇ ਮਨ 'ਚ ਕੀ ਹੈ ਮੈਨੂੰ ਨਹੀਂ ਪਤਾ। ਜੋ ਅੱਜ ਦੇ ਹਾਲਾਤ ਨੇ, ਜੋ ਅੱਜ ਪਾਰਟੀ ਦੀ ਅੰਦਰ ਜਿਹੜੀ ਗੱਲਬਾਤ ਚੱਲ ਰਹੀ ਹੈ, ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਰਿਪਲੇਸ ਕਿਉਂ ਕੀਤਾ ਜਾਏਗਾ? ਜੇ ਅੱਜ ਸਰਵੇਜ਼ ਹੋਏ ਨੇ, ਸਾਰਾ 5 ਸਰਵੇਜ਼ ਕਰਾਏ ਗਏ ਨੇ, ਜਿਹਦੇ ਵਿੱਚ ਕਾਂਗਰਸ ਨੂੰ 60+ ਸੀਟਾਂ ਦਿੱਤੀਆਂ ਗਈਆਂ ਨੇ, ਵਾਈ ਵੁੱਡ ਦੇ ਰਿਪਲੇਸ ਏ ਹੋਰਸ ਹੂ ਇਜ਼ ਵਿਨਿੰਗ? ਨਹੀਂ, ਉਹ ਕਹਿੰਦੇ ਹੋਰਸ ਨੂੰ ਇਸ ਲਈ ਰਿਪਲੇਸ ਕਰਨਾ ਕਿ ਹੋਰਸ ਨੇ ਕੰਮ ਨਹੀਂ ਕੀਤਾ ਗਾ, ਪੰਜਾਬ ਦੇ ਮੁੱਦਿਆਂ 'ਤੇ ਕੰਮ ਨਹੀਂ ਕੀਤਾ, ਜੋ ਵਾਅਦੇ ਕੀਤੇ ਸੀ ਪੰਜਾਬ ਨੇ ਉਹ ਪੂਰੇ ਨਹੀਂ ਕੀਤੇ। ਮੈਂ ਹੁਣ ਮੁੱਦਿਆਂ 'ਤੇ ਵੀ ਆ ਰਿਹਾ। ਇਹ ਕੌਣ ਕਹਿੰਦਾ? ਹਾਈਕਮਾਂਡ ਖੁਦ ਕਹਿ ਰਹੀ ਹੈ। ਨਹੀਂ, ਹਾਈਕਮਾਂਡ 18-31 ਪ੍ਰੋਗਰਾਮ ਤੁਹਾਨੂੰ ਦੇ ਰਹੀ ਹੈ, ਜਿਹੜਾ ਕੈਪਟਨ ਦੇ 9-31 ਪ੍ਰੋਗਰਾਮ ਤੁਸੀਂ ਲੈ ਕੇ ਆਏ ਸੀਗੇ, ਮੈਨੀਫੈਸਟੋ ਵਿੱਚ ਲਿਖੇ ਸੀਗੇ, ਉਹ ਵਾਅਦੇ ਪੰਜਾਬ ਨਾਲ ਵਫਾ ਨਹੀਂ ਹੋਏ ਗਏ? ਦੇਖੋ, ਪਾਰਟੀ ਹਾਈਕਮਾਂਡ ਜੇਕਰ ਕੋਈ ਗੱਲ ਕਹਿੰਦੀ ਹੈ ਤਾਂ ਦੈਟ ਇਜ਼ ਵਿਦਇਨ ਦਾ ਪਾਰਟੀ। ਹੋ ਸਕਦਾ ਉਹਨਾਂ ਨੇ ਕੋਈ ਜਿਹੜੇ ਇਸ਼ੂਜ਼ ਹੈ ਸੀ ਜਿਹਦੇ ਵਿੱਚ ਉਹ ਪੂਰੇ ਨਹੀਂ ਹੋ ਸਕੇ, ਜਾਂ ਇਨ ਬਿਟਵੀਨ ਨੇ, ਜਾਂ ਉਹਨਾਂ ਨੂੰ ਪੂਰੇ ਕਰਨ ਲਈ ਉਹਨਾਂ ਨੇ ਟਾਸਕ ਦਿੱਤਾ ਹੋਏ, ਇਹ ਤਾਂ ਪਾਰਟੀ ਦੀ ਗੱਲ ਹੈ, ਤਾਂ ਵਿਦ ਨਥਿੰਗ ਰੋਂਗ ਇਨ ਇਟ। ਜੇ ਕੈ ਮੁੱਦੇ ਪੂਰੇ ਕਿਉਂ ਕਰਾ ਰਹੇ ਨੇ? ਮੁੱਦੇ ਇਸੇ ਕਰਕੇ ਪੂਰੇ ਕਰਾ ਰਹੇ ਵੀ ਉਹ ਬਾਈ ਦਾ ਫੇਸ ਲਿਆਉਣਾ ਚਾਹੁੰਦੇ ਆ, ਬਾਈ ਦੇ ਫੇਸ ਦੇ ਵਿੱਚ ਕੋਈ ਕਿੰਤੂ ਪਰੰਤੂ ਨਾ ਹੋਵੇ। ਮੇਰਾ ਕਹਿਣਾ, ਆਈ ਮਾਈਟ ਬੀ ਰੋਂਗ, ਕਿਉਂਕਿ ਮੈਂ ਜਿਹੜੀ ਗੱਲ ਪਾਰਟੀ ਦੀ ਸਮਝਦਾ, ਪਾਰਟੀ ਨੇ ਕਦੀ ਵੀ ਜਦੋਂ ਹੁਣ ਅੱਜ ਤਾਂ ਇਲੈਕਸ਼ਨ ਸਿਰ 'ਤੇ ਆ, 6 ਮਹੀਨਿਆਂ ਨੂੰ ਇਲੈਕਸ਼ਨ ਆ। ਚਲੋ, ਮੈਂ ਇੱਕ ਛੋਟਾ ਬ੍ਰੇਕ ਲੈਂਦਾ, ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ। ਫਤਿਹ ਜੰਗ ਬਾਜਵਾ ਹੋਰਾਂ ਕੋਲ ਬਹੁਤ ਸਾਰੇ ਸਵਾਲ ਕਰਨੇ ਬਣਦੇ ਆ, ਕਿਉਂਕਿ ਬਾਜਵਾ ਪਰਿਵਾਰ ਆ ਜਿਹੜਾ ਉਹ ਇਸ ਵਕਤ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਨਾਮ ਬਣਿਆ ਹੋਇਆ, ਕਿਉਂਕਿ ਨਵਜੋਤ ਸਿੰਘ ਸਿੱਧੂ ਦਾ ਜੋ ਜ਼ਿਕਰ ਹੁੰਦਾ ਅਤੇ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਮੈਂ ਉਹਨੂੰ ਲੈ ਕੇ ਆਇਆ, ਅਤੇ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਜਦੋਂ ਕਲੇਸ਼ ਸਾਹਮਣੇ ਆਉਂਦਾ ਉਦੋਂ ਫਤਿਹ ਜੰਗ ਬਾਜਵਾ ਦੀਆਂ ਤਸਵੀਰਾਂ ਬਾਹਰ ਆਉਂਦੀਆਂ, ਕਦੇ ਡਿਨਰ ਕਰਦਿਆਂ ਦੀਆਂ ਅਤੇ ਕਦੇ ਉਹਨਾਂ ਦੇ ਫਰਜ਼ਾਂ ਨੂੰ ਨੌਕਰੀ ਦੇਣ ਦੇ ਮਾਮਲੇ 'ਤੇ ਇਹ ਸਾਰਾ ਮਸਲਾ ਪਕਦਾ। ਵਾਪਸ ਆ ਰਹੇ, ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਫਤਿਹ ਜੰਗ ਬਾਜਵਾ ਸਾਡੇ ਨਾਲ ਮੌਜੂਦ ਹੈਗੇ। ਬਾਜਵਾ ਸਾਹਿਬ, ਤੁਸੀਂ ਬੜਾ ਬੇਬਾਕੀ ਨਾਲ ਬੋਲਣ ਵਾਲੇ ਲੀਡਰ ਮੰਨੇ ਜਾਂਦੇ ਹੋ, ਤੁਸੀਂ ਆਪਣੇ ਹਲਕੇ ਵਿੱਚ ਉਸ ਪੱਧਰ 'ਤੇ ਕੰਮ ਕਰਾ ਸਕੇ ਹੋ ਜਿਸ ਪੱਧਰ 'ਤੇ ਲੋਕਾਂ ਨੇ ਤੁਹਾਨੂੰ ਉੱਥੋਂ ਚੁਣਿਆ ਸੀਗਾ ਕਿ ਫਤਿਹ ਜੰਗ ਬਾਜਵਾ ਆਉਣਗੇ ਅਤੇ ਸਾਡੇ ਹਲਕੇ ਦਾ ਵਿਕਾਸ ਹੋਊਗਾ? ਤੁਸੀਂ ਆਪਣੇ ਹਲਕੇ ਬਾਰੇ ਸੰਖੇਪ 'ਚ ਮੈਨੂੰ ਦੱਸ ਸਕੋ, ਫਿਰ ਪੰਜਾਬ ਦੀ ਤਸਵੀਰ ਕਲੀਅਰ ਹੋ ਜੀ। ਮੈਂ ਦਾਅਵੇ ਨੇ ਗੱਲ ਕਹਿ ਸਕਦਾ, ਕਾਦੀਆਂ ਹਲਕੇ ਦੇ ਵਿੱਚ ਤਕਰੀਬਨ 135 ਕਰੋੜ ਦੇ ਕੰਮ ਹੋਏ ਨੇ। ਮੈਂ ਉੱਥੇ 30 ਵੱਡੇ ਸਟੇਡੀਅਮਸ, 45 ਛੋਟੇ ਸਟੇਡੀਅਮ, ਪਾਰਕ, ਓਪਨ ਜਿਮਸ, ਸਕੂਲ ਦੀ ਆਪ ਜਿਹੜੇ ਸ਼ਮਸ਼ਾਨ ਘਾਟ ਨੇ ਸਾਰੇ ਪੱਕੇ ਕੀਤੇ, ਸਕੂਲਸ ਵਧੀਆ ਬਣਾਏ, ਇਹ ਚੀਜ਼। ਔਰ ਤੁਹਾਨੂੰ ਪਤਾ 19 ਵਿੱਚ ਕੋਵਿਡ ਆਇਆ, ਕੋਵਿਡ ਵਿੱਚ ਅਸੀਂ ਇੱਕ ਆਪਣੀ ਐਨ ਜੀ ਓ ਬਣਾਈ ਸੀ, ਸਤਬਚਨ ਵੈਲਫੇਅਰ ਫਾਊਂਡੇਸ਼ਨ, ਆਪਣੇ ਬਜ਼ੁਰਗਾਂ ਦੇ ਨਾਂ ਦੀ। ਉਸ ਦੇ ਵਿੱਚ ਅਸੀਂ ਤਕਰੀਬਨ 25 ਲੱਖ ਰੁਪਏ ਦਾ ਆਪਣੀ ਫਾਊਂਡੇਸ਼ਨ ਵੱਲੋਂ ਗਰੀਬ ਲੋਕਾਂ ਨੂੰ, ਲੋੜਵੰਦਾਂ ਨੂੰ ਅਸੀਂ ਉਦੋਂ ਰਾਸ਼ਨ ਪਾਣੀ ਦਿੱਤਾ, ਹਰ ਚੀਜ਼ ਦੀ ਉਹਨਾਂ ਨੂੰ। ਇਹ ਹੁਣ ਅਸੀਂ ਸਤਬਚਨ ਮੈਡੀਕਲ ਕਿੱਟ, ਜਿੱਦਾਂ ਫਤਿਹ ਕਿੱਟ ਜਿਹੜੀ ਦਿੱਤੀ ਜਾ ਰਹੀ ਸੀ ਸਰਕਾਰ ਵੱਲੋਂ, ਉਸ ਦੇ ਬਣਾ ਅਤੇ ਉਸਦੇ ਪੈਰਲ ਉਨੀ ਹੀ ਅੱਛੀ,
असी अपने एरिए 5,000 किट वंडी है। 5 एंबूलेंसिस मेरे हल्के अज भी चल रही ने ऑन कॉल फ्री ऑफ कॉस्ट। ये डिवेलपमेंट मेरे कहते ना तुसी जाओ तुसी मेरे हल्के में जाओ 242 किलोमीटर सड़क रीकापेट हुई ने जड़िया के अकाली सरकार वेले 10 साल लोग कहते सी भी एक बुक भी उन्होंने घेरी दी अपना रोड़ी दी नहीं पाई। तो ये जरा मेरे हल्के दे विच जो भी काम फतेह जंग सिंह माया मैं हूँ 75 लाख रुपए का सीवरेज का प्लांट उत्थे लैके आया। मेरे हल्के साढ़े बजुर्गों ने 1962 सरदार प्रताप सिंह कैरों जेडे मुख्यमंत्री पंजाब होंदे सी उस वक्त उन्होंने लैके तो बेट एरिए तुसी बंद बनाया सी 40 किलोमीटर लंबा। उस तुसी बंद नू डबल करके उहदी जिहदा कि तकरीबन 130 करोड़ का प्रोजेक्ट बंद है वह मैं सेंक्शन कराया। काम वालों कोई कमी नहीं, काम वालों कोई कमी नहीं। तुसी ये मानते हो कि फतेह जंग बाजवा प्रताप सिंह बाजवा की वजह करके जितते उत्ते जां फतेह जंग बाजवा करके जितते? फतेह जंग बाजवा बाजवा परिवार के नाँ से जितया। सरदार सतनाम सिंह बाजवा का वंशिया सी साढ़े बजुर्गों ने जिहड़ा मैं तुहानूं दस्सिया उस वक्त उस एरिए लोकी दरिया के कंढे ते पक्के मकान नहीं सी होंदे पानी दरिया दा आंदा सी झोंपड़ियां जिहड़े होंदे सी दरख्तां ते सौंदे होंदे जदों बंद बनाया। अज भी उत्थे सतनाम सिंह बाजवा नूं लोग याद करते हैं। प्रताप सिंह बाजवा ने भी बड़ा काम किया PWD मिनिस्टर है उन्होंने लोगों के चुल्हिया तक सड़कां बनाईयां। फतेह जंग सिंह बाजवा भी काम क्योंकि मेरे लिए एक टास्क बहुत वड्डा है। जदों एक बंदा कोई पिछे काम कर जे मैं उहदे पैरल काम नहीं कर सकांगा तो लोग उत्थे डिफरेंशिएट करनगे। तुहाडे हल्के दे विच प्रताप सिंह बाजवा साहब दे पोस्टर लगे आ जदों ये सारा पोस्टर वार शुरू हुंदी पंजाब दे विच। जदों तुसीं अपने फादर का जिक्र करते हो तुहाडे फादर बारे अकाली दल वख तरह दीआं टिप्पणियां करदा अफसोस हुंदा जदों इहो जिहियां टिप्पणियां करदे? मैं उह टिप्पणियां का जिक्र नहीं कर रहा, तुहानूं पता उन्होंने कि टिप्पणी की। पोलिटिक्स विच बदकिस्मती की गल है कोई बंदा किसी नूं प्रेज करदा वेख्या नहीं। जिन्हां ने लोग जिन्हां ने अपने देश लई शहादत दित्ती जिन्हां ने अपने देश की अखंडता लई अपना बलिदान दिता उहदे बारे कोई गल्लां करे तो मैं समझदा इह तां बदकिस्मती की गल है। मैं फिर उत्थे आ रहा प्रताप सिंह बाजवा नूं तुसीं पंजाब प्रदेश कांग्रेस कमेटी का प्रधान बनते देखना चाहते हो जां नवजोत सिंह सिद्धू सोनिया गांधी जी ने प्रधान बनाना है राहुल गांधी जी ने वह करना उन्होंने जो मेरे हाथ वास थोड़ा है उन्होंने जो करना। देखो असी हाँ पार्टी के लॉयल सिपाही। मैं सवाल इस करके कर रहा हाँ जी ਉੱਥੇ ਗਾਂਧੀ ਪਰਿਵਾਰ ਦੀ ਚੱਲਦੀ ਹੈ ਇੱਥੇ ਬਾਜਵਾ ਪਰਿਵਾਰ ਕੀ ਚਾਹੁੰਦਾ? ਮੇਰਾ ਤਾਂ ਸਵਾਲ ਇਹ ਹੈ ਉੱਥੇ ਗਾਂਧੀ ਪਰਿਵਾਰ ਕੀ ਚਾਹੁੰਦਾ ਉਹ ਸਵਾਲ ਸਾਰਿਆਂ ਦੇ ਅੱਗੇ ਪਿਆ ਕਚਹਿਰੀ 'ਚ ਬਾਜਵਾ ਪਰਿਵਾਰ ਕੀ ਚਾਹੁੰਦਾ? ਬਾਜਵਾ ਪਰਿਵਾਰ ਕਾਂਗਰਸ ਪਾਰਟੀ ਦਾ ਲੋਇਲ ਵਫਾਦਾਰ ਸਿਪਾਹੀ ਨੇ ਜੋ ਸਾਨੂੰ ਪਾਰਟੀ ਕਹੇਗੀ ਅਸੀਂ ਇਨ ਬਿਨ ਉਸ 'ਤੇ ਪੈਰਾ ਦਾ। ਜੇ ਪਾਰਟੀ ਡਿਸਾਈਡ ਕਰਦੀ ਹੈ ਨਵਜੋਤ ਸਿੰਘ ਸਿੱਧੂ ਫਿਰ ਠੀਕ ਹੈ ਨਵਜੋਤ ਸਿੰਘ ਸਿੱਧੂ ਆਉਣਗੇ ਅਸੀਂ ਪਾਰਟੀ ਦੇ ਲਈ ਪਾਰਟੀ ਨੂੰ ਤਕੜੇ ਕਰਨ ਦੇ ਲਈ ਆਪਣਾ 2022 ਦੀਆਂ ਇਲੈਕਸ਼ਨ ਜਿੱਤਣ ਲਈ ਅਸੀਂ ਸਾਰਾ ਕੁਝ ਕਰਾਂਗੇ ਨਾਲ ਚੱਲਾਂਗੇ। ਤੁਸੀਂ ਡਿਨਰ 'ਚ ਕੈਪਟਨ ਅਮਰਿੰਦਰ ਸਿੰਘ ਦੇ ਬੜੇ ਨੇੜੇ ਬੈਠਦੇ ਹੋ ਅਤੇ ਉਦੋਂ ਕੀ ਗੱਲਬਾਤ ਹੁੰਦੀ ਕੋਈ ਦੱਸ ਸਕਦੇ ਹੋ? ਦਿਲ ਦੀਆਂ ਗੱਲਾਂ ਹੁੰਦੀਆਂ ਜਦੋਂ ਤੁਸੀਂ ਕਿਤੇ ਡਿਨਰ 'ਤੇ ਬਹਿੰਦੇ ਹੋ ਜਦੋਂ ਤੁਸੀਂ ਸ਼ਾਮ ਦੇ ਮੌਕੇ ਕਿਤੇ ਬਹਿੰਦੇ ਹੋ ਅਤੇ ਉੱਥੇ ਪੋਲੀਟਿਕਸ ਨਹੀਂ ਚੱਲਦੀ ਉੱਥੇ ਤੁਹਾਡੇ ਹੋਬੀਜ਼ ਕੀ ਨੇ ਤੁਹਾਨੂੰ ਕੀ ਪਸੰਦ ਹੈ ਦੁਨੀਆ 'ਚ ਕਿਹੜੀ ਚੀਜ਼ ਕਿਹੜੀ ਲੜਾਈ ਕਿਹੜਾ ਵਕਤ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਅਸੀਂ ਕੈਪਟਨ ਸਾਹਿਬ ਨਾਲ ਡਿਸਕਸ ਕਰੀ ਦੀਆਂ ਨੇ ਬਿਕੋਜ਼ ਦੀਜ਼ ਆਰ ਦ ਟੋਪਿਕਸ ਵਿਚ ਆਰ ਬੇਸਿਕਲੀ ਹਿਸਟਰੀ ਜਿਹੜੀ ਚੀਜ਼ ਔਰ ਉਹਨਾਂ ਨੂੰ ਫੌਜ ਨਾਲ ਬੜਾ ਪਿਆਰ ਹੈ ਫੌਜ ਦੀਆਂ ਗੱਲਾਂ ਕਰਦੇ ਨੇ ਪੋਲੀਟਿਕਸ ਵੀ ਡਿਸਕਸ ਹੁੰਦੀ ਹੈ ਮੈਂ ਕਹਾਂ ਵੀ ਬਿਲਕੁਲ ਹੀ ਨਹੀਂ ਹੁੰਦੀ ਹੁੰਦੀ ਹੈ ਬਟ ਨੋਟ ਟੂ ਦਾ ਲੈਵਲ ਵੀ ਕੀ ਕਰਨਾ ਕਿੱਦਾਂ ਨਹੀਂ ਹਲਕੀ ਫੁਲਕੀਆਂ ਗੱਲਾਂ ਹੁੰਦੀਆਂ ਹਲਕੀਆਂ ਫੁਲਕੀਆਂ ਅਤੇ ਹਲਕੀ ਫੁਲਕੀਆਂ ਗੱਲਾਂ 'ਚ ਕਦੇ ਉਹ ਇਹ ਨਹੀਂ ਕਹਿੰਦੇ ਜੋ ਫੌਜ ਦੇ ਵਿੱਚ ਇੰਟਰਸਟ ਆਦੇ ਉਹਨਾਂ ਨੇ ਕਦੇ ਇਹ ਨਹੀਂ ਕਿਹਾ ਗਿਆ ਦੇ ਭਰਾ ਨੂੰ MPS ਬਾਜਵਾ ਹਰਾਂ ਨੂੰ ਲਿਆਓ ਜੇ ਪੋਲੀਟਿਕਸ ਦੀ ਗੱਲ ਕਰਦੇ ਹੋ ਕਦੇ ਇਹ ਨਹੀਂ ਕਹਿੰਦੇ ਪ੍ਰਤਾਪ ਸਿੰਘ ਬਾਜਵਾ ਹਰਾਂ ਨੂੰ ਵੀ ਨਾਲ ਲਿਆਓ ਕਦੇ ਫਤਿਹ ਜੰਗ ਦੀ ਕਦੇ ਕਹਿੰਦੇ? ਮੈਨੂੰ ਪੁੱਛਣ ਦੀ ਲੋੜ ਹੈ ਪ੍ਰਤਾਪ ਸਿੰਘ ਬਾਜਵਾ ਅਤੇ ਕੈਪਟਨ ਅਮਰਿੰਦਰ ਸਿੰਘ ਇੱਕ ਦੂਜੇ ਨਾਲ ਬੜੇ ਪੁਰਾਣੇ ਦੋਸਤ ਨੇ ਉਹਨਾਂ ਥੱਲੇ ਉਹ ਮਿਨਿਸਟਰ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਜਦੋਂ 2002 'ਚ ਮੁੱਖ ਮੰਤਰੀ ਸੀ ਬ੍ਰਿਗੇਡੀਅਰ ਸਾਹਿਬ ਉਦੋਂ ਪੇਡਾ ਦੇ ਚੇਅਰਮੈਨ ਉਹਨਾਂ ਨੇ ਲਾਏ ਸੀਗੇ ਵੀ ਫਤਿਹ ਸਿੰਘ ਬਾਜਵਾ ਦੀ ਸਿਫਾਰਿਸ਼ ਦੀ ਲੋੜ ਥੋੜ੍ਹਾ ਉਹਨਾਂ ਨੂੰ ਦੇ ਹੈਵ ਦੇਅਰ ਓਨ ਪਲੇਸ ਮੇ ਬੀ ਮੇਰੇ ਨਾਲੋਂ ਜ਼ਿਆਦਾ ਉਹਨਾਂ ਦੀ ਰਿਸਪੈਕਟ ਕਰਦੇ ਨੇ ਇਹ ਪੋਲੀਟੀਕਲ ਕਿਸੇ ਵੇਲੇ
हो सकती हैं किसी वेले भी किसी की कोई मजबूरी है कोई किस तरीके ना, पर इफ यू आस्क मी मैं तुहानूं दावे नाल इह गल कह सकदा भी प्रताप सिंह बाजवा कैप्टन अमरिंदर सिंह दे बहुत नज़दीकी ने। लोग जानना चाहते हैं, मैं लोगों के सवाल करदा फतेह जंग जी, लोग जानना चाहते हैं कि बाजवा परिवार सिद्धू नूं पासे करन दे लई कैप्टन अमरिंदर सिंह दे नेड़े हो गया कि फतेह जंग बाजवा ज़्यादा नेड़े होए या प्रताप सिंह बाजवा ने भी उहदा ट्रैक थोड़ा चेंज कर लिया, इस बारे कुछ दस सकते हो तुसीं? नहीं, प्रताप सिंह बाजवा जिहड़े ट्रैक ते खड़े उत्थे ही खड़े है, उन्होंने कुछ चेंज नहीं किया? नहीं नहीं नहीं, तुसीं बदला लिया आपदे च? नहीं नहीं नहीं, बदला मैं तो है ही उहदे नाल सी, मैं बदला तो तां लियाना सी भी मैं एक शिप तो दूजी शिप च चढ़िया, मैं तो है ही कैप्टन साहब के नाल सीगा। और मैं तुहानूं बार बार ये गल कहना, देखो सिद्धू प्रताप हुरी कोई भी बंदा आंदा ये पार्टी हाईकमांड ने वेखना भी उन्हां दी क्रेडिबिलिटी की है, वो पार्टी नूं नाल लैके तुर सकदे ने हर चीज़, और जिहड़ा आने वाला समय उहदे विच उन्हां दी की क्रेडेंशियल्स की वो योगदान पा सकदे ने, ये चीज़ा तो पार्टी हाईकमांड ने वेखना जिहदे ते ही सारा कुछ टाइम लग रहा है, तो इहो वजह। तुहानूं इउं लगदा कि हाईकमांड ने कुछ फैसले लैण विच देरी कर दित्ती क्योंकि मसले अज नहीं उठे, मसले पहला दे उठे हुए थे, जे मैं बरगाड़ी का जिक्र करा जिंदे करके सारा वाग रोला खड़ा होया, तो लगता कि हाईकमान ने कुछ देरियां कीतियां? हाईकमांड कभी भी किसी स्टेट में इंटरफेयर नहीं करती, के पी जी इंटरफेयरेंस उदों होंदी है जदों स्टेट के लोग जाके हाईकमांड नूं मिल के कोई चर्चा करते हैं, कुछ MLA कोई मंत्री दिल्ली गए, उन्होंने राहुल जी नूं मिले, उन्होंने सोनिया जी नूं मिले, सारी गलबात हुई ते तां करके ये सारी मीटिंग हुई है। अदरवाइज किसी भी स्टेट से जिनी देर तक लोकल लीडरशिप जिहड़ी है वो आके ये नहीं कहिंदी भी जी तुसीं इंटरफेयर करो या ये गल करो, उन्नी देर तक हाईकमांड कितें भी इंटरफेयर नहीं कर। हुण तुहानूं लगता है कि हाईकमांड इंटरफेयरेंस कर रही है? नहीं, उन्होंने तो सिस्टम नूं इलैक्ट अगली जिहड़ी चोण जितण लई हर बंद कि पार्टी है, हर पार्टी चाहती है भी साड़ी पार्टी दोबारा उत्थे रिवाइव होए, दोबारा आए, तो उहदे लई कांग्रेस कर रही है। चलो मैं एक होर छोटा ब्रेक ले लूँ, एक होर छोटा वक्फा लैके वापस आ रहे हैं। फतेह जंग बाजवा दे सवालों दे विचाले सवाल पंजाब दा, मैं बार बार ये गल कहना कि पंजाब दा सवाल क्यों नहीं किया जा रहा, कल्ला कांग्रेस दा सवाल क्यों किया जा रहा, चेहरियां ते लड़ाई फोकस क्यों की जा रही है, विचारां ते लड़ाई फोकस क्यों नहीं की जा रही, वापस आ रहे हैं। एक बार फिर स्वागत करते हैं बाजवा साहब, असी आखिरी हिस्से विच पंजाब दी सियासत दा भी एक आखिरी हिस्सा चलता पै 2022 तो पहला, तुसीं किवें लोकां नूं कहोगे कि असी काम कीते आ तुहाडे सानूं वोटां पाओ? मैं पूरे पंजाब दी गल कर रहा। देखो अज दी स्थिति दे मुताबिक कोविड दे विच सारी दुनिया दी इकोनमी एक बार हिली है, तकरीबन सारी दुनिया 2 साल लई जिद्दां कहिंदे आ वी स्टैंड स्टिल ते होगी, लोगों के कारोबार इफेक्ट होए, लोगों का जन जीवन जिहड़ा सी वो इफेक्ट होया, उहदे विच अज दे हालात दे विच जो कांग्रेस ने कीता है, मैं इस दे विच मैं बिल्कुल कैप्टन अमरिंदर सिंह की पिट थपड़ना चाहना भी उन्होंने जो वादा किया सी किसानी दे करजे माफ़ी की, उहदे विच भी उन्होंने 5 किले तो घट वाले का 2-2 लाख रुपया करजा माफ़ किया, जो जो जिहड़ियां चीज़ां जे उन्होंने कहा भी पेंशन इन्नी करनी है, अज पेंशन 500 तो वधा के 1500 की गई, शगन स्कीम 21,000 तो वधा के हुण 51,000 की गई है, देखो आ जिहड़ा हुण दाल आटे दी स्कीम दे विच भी उन्होंने एडिशनस कीतियां ने, ये अखीरले महीने ही क्यों याद हुंदा सब कुछ? सारे नूं अखीरले महीने, क्योंकि मैं तुहानूं दस्सिया 2 साल तां इह जिहड़ा सारा कोविड ने सारे दुनिया नूं इक स्टैंड स्टिल ते लियाता, दैट इज़ द ओनली रीज़न, ये नहीं है भी अखीरले महीनों की कितने याद आते ने, गवर्नमेंट की पैसे की अवेलेबिलिटी के नाल तुहानूं इह सारा कुछ। तुहाडे विरोधी सवाल करते हैं कि इस माड़े हालातों के पंजाब नूं लवारिस छड्ड दित्ता, तुसीं आपदी लड़ाई में पए हुए हो, पर कोई प्रधानगी लई लड़दा पिया, कोई मुख्यमंत्री लई लड़दा पिया, कोई आपस में पट्टोताड़ होया पिया, मैं कहिंदा कहिंदा नाम लवां, चाहे मैं बठिंडे की गल करा, चाहे मैं किसी हल्के की गल करा, सर हर जगह यही एक दूजे के खिलाफ मुहिम चलती पी है। पोलिटिकल पार्टी केड़ी पार्टी में जिथे पट उतारनी पी, एक अकाली दल च नहीं पी, अकाली दल दे विच भी ढींसा साहब, ब्रह्मपुरा साहब, सेवा सिंह सेखवा साहब सारे बादल साहब नूं छड्ड के चले गए,
आम आदमी पार्टी के विच जो अज हालात ने कोई भगवंत मान जी किसी नूं एंटर नहीं करन देना चाहते, वो कहते भी मैं मुख्यमंत्री पंजाब का बना। देखो ये चीज़ा पोलिटिकल गेम ये चलदिया रहिंदिया, बट उस दे नाल तुसी ये वेखना भी जेड़ा तुहानूं लोगों का जो तुसी परफॉर्म करना है तुसी वो पूरा किया कि नहीं किया। मैं ये नहीं कहता, मैं कहना मैं भी 100% काम हो गए ने, मैं ये जरूर कहूँगा भी 50% तो वध काम होए ने, जिदे विच जो भी है तुहाडे सामने जेड़ा लेखा जोखा है जिहड़ी हर चीज़ का लोगों के सामने आना है। ਇਹ ਮਤਲਬ ਤੁਸੀਂ 85.6% ਨੂੰ ਨਕਾਰ ਰਹੇ ਹੋ? ਮੈਂ ਨਕਾਰ ਨਹੀਂ ਰਿਹਾ, ਮੈਂ ਤੁਹਾਨੂੰ ਇਹ ਕਹਿ ਰਿਹਾ ਵੀ 50% ਤੋਂ ਅਬਵ ਹੋਏ ਨੇ, ਉਹ 85 ਵੀ ਹੋ ਸਕਦੇ, ਉਹ 92 ਵੀ ਹੋ ਸਕਦੇ ਨੇ। ਸੋ ਇਹ ਚੀਜ਼ ਤਾਂ ਲੋਕਾਂ ਨੇ ਵੇਖਣਾ, ਮੇਰੇ ਕਹਿਣ ਨਾਲ ਜਾਂ ਕਿਸੇ ਦੇ ਕਹਿਣ ਨਾਲ ਉਹ ਚੀਜ਼ਾਂ ਨਹੀਂ। ਜਦੋਂ ਤੁਹਾਡੇ ਸਾਹਮਣੇ ਸਾਡਾ ਲੇਖਾ ਜੋਖਾ ਆਏਗਾ ਉੱਥੋਂ ਲੋਕਾਂ ਵੇਖਣਾ ਵੀ ਕੀ ਇਹਨਾਂ ਨੇ ਜੋ ਵਾਅਦੇ ਕੀਤੇ ਪੂਰੇ ਕੀਤੇ ਕਿ ਨਹੀਂ ਕੀਤੇ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਕਰਨਾ, ਘਰ ਘਰ ਨੌਕਰੀ ਦੀ ਗੱਲ ਹੁੰਦੀ ਹੈ, ਮੈਂ ਆਪਣੇ ਹਲਕੇ ਦੇ ਵਿੱਚ ਔਨ ਰਿਕਾਰਡ ਹੈ, ਆਈ ਕੈਨ ਸ਼ੋਅ ਯੂ ਔਨ ਮਾਈ ਫੋਨ ਆਲਸੋ, ਮੈਂ 150 ਬੱਚੇ ਨੂੰ ਨੌਕਰੀ ਦਿੱਤੀ ਹੈ ਆਪਣੇ ਹਲਕੇ ਦੀ, ਔਰ ਉਹਨੂੰ ਸਾਰਾ ਸਾਡੀ ਐਨ ਜੀ ਓ ਸੱਤ ਬਚਨ ਜਿਹੜੀ ਹੈ ਉਹਨੂੰ ਫੰਡ ਕਰ ਰਹੀ ਹੈ। ਮੈਂ 500 ਦਾ ਟਾਰਗੇਟ ਲੈ ਕੇ ਚੱਲਿਆ ਸੀ, ਪਰ ਮੈਨੂੰ ਅਫਸੋਸ ਵੀ ਟਾਈਮ ਕੋਵਿਡ ਕਰਕੇ ਸਾਨੂੰ ਉਹਦੀ ਸੈਟਬੈਕ ਜ਼ਰੂਰ ਪਹੁੰਚੀ ਹੈ। ਮੈਂ 250 ਬੱਚੇ ਤੱਕ ਪੱਕੀ ਨੌਕਰੀ ਆਪਣੇ ਹਲਕੇ ਦੇ ਲੋਕਾਂ ਨੂੰ ਦਵਾਈ ਹੈ, ਔਰ ਉਹ ਲੋਕ ਬੱਚੇ ਟ੍ਰੇਨਿੰਗ ਕਰ ਰਹੇ ਨੇ, ਜੋਬਸ ਮਿਲ ਗਈਆਂ ਨੇ, ਤੁਸੀਂ ਜਾ ਕੇ ਕਿਸੇ ਵਕਤ ਪਤਾ ਕਰ ਸਕਦੇ। ਅਤੇ ਫਿਰ ਤੁਸੀਂ ਆਪਣੇ ਫਰਜ਼ੰਦ ਦੀ ਨੌਕਰੀ ਕਿਉਂ ਕਬੂਲੀ? ਕਦੋਂ ਕੀਤੀ? ਪਹਿਲਾਂ ਤਾਂ ਕਬੂਲੀ ਹੈ ਨਾ, ਤੁਸੀਂ ਉਸ ਤੋਂ ਬਾਅਦ ਤੁਸੀਂ ਛੱਡੀ? ਦੇਖੋ ਕੇ ਪੀ ਜੀ, ਮੇਰੀ ਇੱਕ ਗੱਲ ਨੂੰ ਅੰਡਰਸਟੈਂਡ ਕਰਿਓ, ਇਹ ਉਸ ਵਕਤ ਦੀ ਗੱਲ ਹੈ 2017 ਦੀ, ਜਦੋਂ ਸਰਦਾਰ ਬੇਅੰਤ ਸਿੰਘ ਦੇ ਗ੍ਰੈਂਡਸਨ ਨੂੰ ਲਿਆ ਗਿਆ। ਉਦੋਂ CM ਸਾਹਿਬ ਨੇ ਕਿਹਾ ਵੀ ਜਿਹੜੇ ਬੱਚੇ ਜਿਨ੍ਹਾਂ ਦੇ ਪੇਰੈਂਟਸ ਨੂੰ ਟੈਰਰਿਜ਼ਮ ਦੇ ਵੇਲੇ ਕੋਈ ਹੋਈ ਹੈ ਤਾਂ ਦੇ ਕੈਨ ਅਪਲਾਈ, ਉਦੋਂ ਅਪਲਾਈ ਜ਼ਰੂਰ ਕੀਤਾ, ਬਟ ਬਾਈ ਐਂਡ ਆਫ ਦਾ ਡੇ ਅਸੀਂ CM ਸਾਹਿਬ ਨੂੰ ਈਵਨ ਜਦੋਂ ਇਹ ਕੈਬਨਿਟ 'ਚ ਲੈ ਕੇ ਆ ਰਹੇ, ਮੇਰੇ ਕੋਲ ਪਰੂਫ ਹੈ, ਮੈਂ ਉਹਨਾਂ ਨੂੰ ਵਟਸਐਪ ਕੀਤਾ, ਮੈਂ ਉਹਨਾਂ ਨੂੰ ਫੋਨ ਕੀਤਾ ਵੀ ਕਿਰਪਾ ਕਰਕੇ ਅਸੀਂ ਇਹ ਨੌਕਰੀ ਐਕਸੈਪਟ ਨਹੀਂ ਕਰਨੀ, ਤੁਸੀਂ ਇਹਨੂੰ ਕੈਬਨਿਟ ਦੇ ਉਹ ਏਜੰਡੇ ਤੋਂ ਬਾਹਰ ਲੈ ਆਓ। ਦੈਟ ਵਾਜ਼ ਇਟ ਦ ਮੂਮੈਂਟ। ਫਰਾਈਡੇ ਨੂੰ ਮੈਂ ਤੁਹਾਨੂੰ ਦੱਸਣਾ ਕੈਬਨਿਟ ਮੀਟਿੰਗ ਹੋਈ, ਫਰਾਈਡੇ ਨੂੰ ਕੈਬਨਿਟ ਮੀਟਿੰਗ ਇਹ ਡਿਸੀਜਨ ਲਿਆ ਉਹਨੂੰ ਲੈਣ ਦਾ, ਸੈਟਰਡੇ ਸੰਡੇ ਛੁੱਟੀ ਸੀ, ਮੰਡੇ ਨੂੰ CM ਸਾਹਿਬ ਦਿੱਲੀ ਗਏ ਨੇ, ਮੈਂ ਅੰਮ੍ਰਿਤਸਰ ਤੋਂ ਫਲਾਈਟ ਫੜੀ ਸਿੱਧਾ ਅੰਮ੍ਰਿਤਸਰ ਦਿੱਲੀ ਗਿਆ, ਦਿੱਲੀ ਆਪਣੇ ਬੇਟੇ ਦੀ ਜਿਹੜੀ ਉਹ ਨੋਨ ਐਕਸੈਪਟੈਂਸ ਦੀ ਚਿੱਠੀ ਜਿਹੜੀ ਹੈ CM ਸਾਹਿਬ ਨੂੰ ਦੇਤੀ ਵੀ CM ਸਾਹਿਬ, ਕਿਉਂਕਿ ਜਿਸ ਬੰਦੇ ਨੇ ਕਿਸੇ ਪਿੱਛੇ ਕੋਈ ਸਟੈਂਡ ਲਿਆ ਹੋਏ, ਕਿਸੇ ਪਿੱਛੇ ਕੋਈ ਗੱਲ ਕੀਤੀ ਹੋਈ, ਮੈਂ ਆਪਣੇ ਆਪ ਕਰਦਾ ਚੰਗਾ ਨਹੀਂ ਲੱਗਦਾ, ਮੇਰਾ ਫਰਜ਼ ਸੀ ਉਹਨਾਂ ਦੇ ਹੱਥ ਵਿੱਚ ਉਹ ਚੀਜ਼ ਦਿਵਾਉਣੀ ਵੀ ਵੀ ਆਰ ਨੋਟ ਐਕਸੈਪਟਿੰਗ ਇਟ, ਸਿੰਪਲ। ਸੋ ਕੁਝ ਆਖਰੀ ਸਵਾਲ ਮੈਂ ਲੈ ਰਿਹਾ, ਕੈਪਟਨ ਅਮਰਿੰਦਰ ਸਿੰਘ ਨੇ ਇੱਕ ਚਿੱਠੀ ਲਿਖੀ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਕਿਸਾਨ ਸੰਘਰਸ਼ ਨੂੰ ਲੈ ਕੇ, ਨਾਲ ਉਹ ਇੱਕ ਹਵਾਲਾ ਦੇ ਰਹੇ ਹੈ ਸਿਕਿਉਰਿਟੀ ਵਾਲਾ, ਇਹ ਦੋ ਚੀਜ਼ਾਂ ਇਕੱਠੀਆਂ ਕਿਉਂ ਤੁਰਦੀਆਂ ਜਦੋਂ ਕੈਪਟਨ ਸਾਹਿਬ ਚਿੱਠੀ ਲਿਖਦੇ ਆ? ਦੁਬਾਰਾ ਬੋਲਣਾ ਜੀ, ਸਿਕਿਉਰਿਟੀ ਦਾ ਹਵਾਲਾ ਦੇ ਰਹੇ ਆ ਉਹ, ਉਹਨਾਂ ਨੇ ਜਿਹੜੇ ਡਰੋਨ ਉੱਡਦੇ ਪਏ ਆ ਸਰਹੱਦ ਪਾਰ ਤੋਂ, ਉਹਨਾਂ ਦਾ ਜ਼ਿਕਰ ਕਰਦੇ ਪਏ, ਇਕੱਠਾ ਕਿਉਂ ਚੱਲਦਾ ਦੋਨੋਂ ਚੀਜ਼ਾਂ? ਕਿਉਂਕਿ ਇਸ ਤੋਂ ਪਹਿਲਾਂ ਜਦੋਂ ਗ੍ਰਹਿ ਮੰਤਰੀ ਨੂੰ ਵੀ ਮੀਟਿੰਗ ਕਰਕੇ ਆਏ ਸੀਗੇ ਦਿੱਲੀ, ਤੁਹਾਨੂੰ ਯਾਦ ਹੋਊਗਾ, ਉਦੋਂ ਵੀ ਇਹ ਸਵਾਲ ਉੱਠਿਆ ਸੀ। ਇਕੱਠਾ ਇਸ ਕਰਕੇ ਕਰ ਰਹੇ ਨੇ ਵੀ ਉਹਨਾਂ ਕੋਲ ਹੋ ਸਕਦਾ ਇੰਟੈਲੀਜੈਂਸ ਦੀਆਂ ਕੋਈ ਰਿਪੋਰਟਸ ਹੋਣ, ਕੋਈ IB ਦੀਆਂ ਰਿਪੋਰਟਸ ਨੇ, ਕੋਈ ਰੋਹ ਦੀਆਂ ਰਿਪੋਰਟਸ ਨੇ, ਵੀ ਜਿਹੜੇ ਕਿਸਾਨ ਵੀਰ ਉਹ ਦਿੱਲੀ ਬੈਠੇ ਨੇ, ਜੇ ਉਹਨਾਂ ਵਿੱਚੋਂ ਕਿਸੇ ਨੂੰ ਟਾਰਗੇਟ ਬਣਾ ਕੇ ਤਾਂ ਇੱਕ ਬੜੇ ਪੱਧਰ ਵੱਡੇ ਪੱਧਰ 'ਤੇ ਕਿਤੇ ਪ੍ਰੋਬਲਮ ਨਾ ਖੜੀ ਹੋ ਜਾਵੇ, ਇਸ ਕਰਕੇ ਟਾਈਮ ਸਿਰ ਕਿਸੇ ਨੂੰ ਜੇ ਆਪਾਂ ਵਿਜੀਲੈਂਟ ਕਰਦੇ ਹਾਂ ਤਾਂ ਉਹ 'ਚ ਕੋਈ ਮਾੜੀ ਗੱਲ ਨਹੀਂ। ਮੇਰਾ ਮਤਲਬ ਵੀ ਇਹਨਾਂ ਨੇ ਸਹੀ, ਔਰ ਇਹ ਫੈਕਟ ਹੈ ਵੀ ਜਿਹੜੀਆਂ ਰਿਪੋਰਟਸ ਨੇ ਅਕਰੋਸ ਦਾ ਬਾਰਡਰ ਜੇ ਕੋਈ ਆਈਆਂ ਨੇ IB ਨੂੰ, ਅਤੇ ਇਹ ਉਸੇ ਕਰਕੇ ਉਹਨਾਂ ਨੂੰ ਉਹ ਦੋ ਚੀਜ਼ਾਂ ਇਕੱਠੀਆਂ ਹੋ ਰਹੀਆਂ। ਇੱਕ ਪਾਸੇ ਹਿੰਦੂ ਸਿੱਖ ਵਾਲੀ ਪੋਲੀਟਿਕਸ ਕੀਤੀ ਜਾ ਰਹੀ ਹੈ, ਕਾਂਗਰਸ ਪਾਰਟੀ ਵੈਸੇ ਆਪਦੇ ਆਪ ਨੂੰ ਸੈਕੂਲਰ ਪਾਰਟੀ ਕਹਿੰਦੀ ਹੈ, ਅਤੇ ਦੂਜੇ ਪਾਸੇ ਇਹ ਚਿੱਠੀ। ਇਹ ਮੈਂ ਪੁੱਛਣਾ ਚਾਹ ਰਿਹਾ ਕਿ ਜੋ ਹਾਈਕਮਾਨ ਨੂੰ ਸੁਜੈਸ਼ਨਸ ਭੇਜੀਆਂ ਕੀ ਹੈ ਕੈਪਟਨ ਅਮਰਿੰਦਰ ਸਿੰਘ ਵੱਲੋਂ, ਚਾਹੇ ਉਹ ਨਾਰਾਜ਼ਗੀ ਵਾਲੀ ਸੁਜੈਸ਼ਨ ਹੈ ਅਤੇ ਚਾਹੇ ਉਹ ਸਲਾਹ ਵਾਲੀ ਸੁਜੈਸ਼ਨ ਹੈ, ਕੈਪਟਨ ਅਮਰਿੰਦਰ ਸਿੰਘ ਪ੍ਰੈਸ਼ਰ ਬਿਲਡਿੰਗ ਪ੍ਰੋਸੈਸ ਵਿੱਚ ਲੱਗੇ ਹੋਏ ਆ? ਕਿਸ ਚੀਜ਼ ਦੇ? ਕਿ ਹਾਈਕਮਾਨ 'ਤੇ ਪ੍ਰੈਸ਼ਰ ਬਿਲਡ ਕੀਤਾ ਜਾਵੇ ਕਿ ਪੰਜਾਬ ਦੇ ਹਾਲਾਤ ਵਿਗੜ ਸਕਦੇ ਆ ਜੇ ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨਗੀ ਸੌਂਪਦੇ ਹੋ ਜਾਂ ਕਾਂਗਰਸ ਨੂੰ ਨੁਕਸਾਨ ਹੋ ਸਕਦਾ, ਇਹੋ ਜਿਹੀ ਚੀਜ਼ਾਂ ਕੀਤੀਆਂ ਜਾਂਦੀਆਂ? ਨਹੀਂ ਨਹੀਂ ਨਹੀਂ, ਇਹ ਬੇਬੁਨਿਆਦ ਗੱਲਾਂ ਨੇ। ਦੇਖੋ ਮੇਰੀ ਗੱਲ ਸੁਣੋ, ਜੇਕਰ ਕੋਈ ਐਜ਼ ਅ ਚੀਫ ਮਿਨਿਸਟਰ ਜੇ ਕੋ ਉਹਨਾਂ ਕੋਲ ਇਨਫੋਰਮੇਸ਼ਨ ਹੈ ਅਤੇ ਉਹ ਪਾਰਟੀ ਹਾਈਕਮਾਂਡ ਨੂੰ ਕੋਈ ਪਹੁੰਚਾਉਂਦੇ ਨੇ, ਕੋਈ ਮਾੜੀ ਗੱਲ ਥੋੜ੍ਹਾ?
कल नूं अगला बंदा कहेगा भी तुहानूं जे पता सी तुसीं दस्सिया क्यों नहीं, तो दैट इज़ हिज़ ड्यूटी। नहीं जे नवजोत सिंह सिद्धू प्रधान बनते फिर पंजाब दे विच कांग्रेस दे हालात बिगड़ सकते हैं, कांग्रेस नूं सेट बैक कर सकदा है। क्यों बिगड़नगे? यह तो बड़ी अजीब गल, कोई विगड़न का मतलब ही कोई नहीं। असीं तां कहा भी पार्टी हाई कमांड जिन्हों भी बनाए, एक्स नूं बनाए, वाई नूं बनाए, जैड नूं बनाए, जिन्हों भी बनाए, असीं तां एक्सैप्ट करना वी आर पार्टी सोल्जर्स। जिन्हों पार्टी समझती है भी बंदा पार्टी लीड कर सकता, इहदे लई सानूं कोई एडवांटेज हो सकती है, तो वाई नॉट। उहदे विच सारा प्रेरोगेटिव पार्टी हाई कमांड दा है, उहदे विच कोई हालात विगड़न वाली तो कोई गल ही कोई नहीं। जे नवजोत सिंह सिद्धू ये गल करते हैं कि पाकिस्तान साडे लांघे खुलने चाहिए व्यापारक लांघे, इंदे ते तुसी लोग क्यों नहीं समर्थन करते? कर रहे हैं, असीं तो अज भी कर रहे हैं, लांघा खुलना चाहिए, वॉट इज़ रोंग इन दैट। बट अगेन सिक्योरिटी दी ये जिहड़ी चीज़ है ये गवर्नमेंट ऑफ इंडिया ने देखनी है भी वैदर वो हालात है ने भी ये असी लांघा खोल दिए या उहदे लई कोई शरारत ना हो अक्रॉस द बॉर्डर। सो ये चीज़ा तो गवर्नमेंट ऑफ इंडिया ने देखनिया ने, लांघा खुलना चाहिए, ट्रेड बढ़ना चाहिए, ये दोवें कंट्रीज़ लिए पंजाब लिए खास करके ये बहुत वड्डा एक समझ लो तुहाडे रब वालों दिता हुआ एक मौका होएगा जिस दिन ये ट्रेड दोबारा खुलेगा और सारे ना वड्डी ट्रेड लाइन जिहड़ी ये बनेगी लाहौर वाली। करतारपुर लांघा कोविड के हालातों करके बंद किया हुआ, उसकी डिमांड तुसी करते हो कि खोलिया जाना चाहिए क्योंकि जो बाकी चीज़ा नॉर्मल कीतिया जा रही हैं? मेरे मन की मेरी जो मैनू फतेह जंग सिंह बाजवा पूछा जाए तो मैं कहना जरूर खोलना चाहिए। सीएम साहब भी डिमांड करते? मैनू नहीं पता उन्होंने अपना कोई नज़रिया हो सकता, मैं तुम्हें क्या भी हर बंद का अपना नज़रिया है। वो तो जो शुरू खुलिया भी सी दैट टाइम ऑलसो ही सैड भी ये पिछे आई एस आई द जिहड़े पाकिस्तान की कोई मंशा होर हो सकती है। ये चीज़ गवर्नमेंट ऑफ इंडिया ने देखनी है, असी तो गुरु के दर्शनों लिए चाहते हैं भी जिहड़ा लांघा लांघा कर रहा है ये खुलना चाहिए। सीएम साहब ये डिमांड करते हैं कि व्यापारक लांघे खुलने चाहिए, ये सीएम साहब को तो पता कर सकते हो, मैनू की पता भी सीएम साहब नहीं मेरा कोई सरहदी इलाके तो होने, मैं सवाल कर रहा नहीं कुछ डिमांड्स रखी होनी उन्होंने अगे देखो ये लांघे की जो लांघा बंद होया करतारपुर साहब का उस वक्त जरूर उन्होंने गल की सी भी ये कहते कोविड करके होया, बट दी सैड भी बिकॉज ऑफ द सिक्योरिटी थ्रेट हो सकता गवर्नमेंट ऑफ इंडिया इस खोलने लिए थोड़ी जी अजे एग्री ना करे। चलो एक आखिरी सवाल, वैसे इस सवाल का जवाब तुसी बहुत बारी दे चुके हो, फतेह जंग बाजवा हरा लीडर के तौर पर एक सियासी सांझ के तौर पर नवजोत सिंह सिद्धू प्रताप सिंह बाजवा कैप्टन अमरिंदर सिंह कौन ज़्यादा बेहतर लगता? जो पार्टी हाईकमांड जिन्हों अच्छा मेरे निजी सवाल है, देखो मेरा मैं अगे भी कई बार कहा भी मेरा लीडर कैप्टन अमरिंदर सिंह है, मैं वफादार बंदा है, मेरे खून च वफादारी है, मैं कभी भी किसी नूं कोई किसी चीज़ करके कोई अपने लालच करके ना कभी छड़िया ना कभी सोचा तो ना कभी सोचूंगा, मेरा परिवार भी उस चीज़ पर पैरा देगा। बाकी मेरे भरा दी है जेडे बंदे जिंदगी दे विच असी कट्ठे जम्मे पले हैं, मेरा खून है वो बने तो मैनू इस तो वड्डी खुशी की हो सकती है? आई वुड बी द हैप्पीएस्ट मैन ऑन दिस अर्थ। ये करना ये वक्त तकदीर दियां गल्लां ने, मैं हमेशा कहना शॉर्टकट्स आर नैवर सक्सैसफुल, लैट द टाइम कम जो गुरु महाराज ने तुहाडा राह खोलना उदों उस वक्त का राह बनना। गुरु महाराज के घर कोई देर नहीं 100 दरवाजे खुले ने, नवजोत हुए नवजोत दी अपनी क्रेडेंशियल्स ने, ही इज़ ए गुड एसेट टू द कांग्रेस। जो प्रताप सिंह बाजवा विधानसभा चोणा लड़ते हैं तो फतेह जंग बाजवा ये कहेंगे कि मेरा भरा मुख्यमंत्री होना चाहिए पंजाब का या नहीं कहेंगे? तुम कहो जी गल के पी जी करते हो, मैनू पुछ के किसी ने बनाना, मैनू पुछ के थोड़ा बनाना है। जो वक्त की नज़ाकत होएगी जे प्रताप सिंह बाजवा का वक्त होएगा तो जरूर उन्होंने बना देंगे पार्टी वाले, पर मैं तुम्हें दस रहा भी बाई का फेस कैप्टन अमरिंदर सिंह होना जो मेरी अभी गल नोट कर। बहुत धन्यवाद, तुम वक्त की गल की है, वक्त अपने को बहुत धन्यवाद फतेह जंग। थैंक यू जी, थैंक यू सो मच जी, मेहरबानी के पी जी। ये सन फतेह जंग सिंह बाजवा जिन्होंने आपदे जवाबों के बहुत कुछ साफ किया, ये समझना तुसी हैं कि उन्होंने अपने जवाबों में कुछ साफ कर दिता।
ये कांग्रेस पार्टी के बुलारे भी ने, कांग्रेस पार्टी तो विधायक भी ने, कांग्रेस पार्टी के जनरल सकत्र भी ने, ते बाजवा परिवार के बहुत ही अहम आगू भी ने, मैंबर भी ने। पर इस वक्त बाजवा परिवार सिद्धू कैप्टन अमरिंदर सिंह इस सारी टसल के विचाले साडा मूल सवाल यही है कि चीरियां की लड़ाई विच पंजाब आउट ना हो जाए। बहुत धन्यवाद।